ਦੋੜਨੇ ਇਹ ਮੌਲਵੀ ਇਹੀ ਕਰ ਰਹੇ ਨੇ ਠੀਕ ਆਏ ਦਿਨ ਜੀ ਉਹ ਗੁਸਤਾਖ ਹੋ ਗਿਆ ਜੀ ਗੁਸਤਾਖੇ ਸਾਬਾ ਕਦੇ ਗੁਸਤਾਖੇ ਰਸੂਲ ਕਦੇ ਗੁਸਤਾਖੇ ਹੋ ਲਿਆ ਉਹ ਨਸਵੇਦਰੋਂ ਤੁਹਾਡੇ ਅਬਿਆ ਨੇ ਕਲਮੇ ਪੜਾਏ ਨੇ ਆਪਣੇ ਨਾਵਾਂ ਦੇ ਤੁਸੀਂ ਸਰਟੀਫਿਕੇਟ ਦਿਓਗੇ ਠੀਕ ਹੈ ਕਦੇ ਮਨੂੰ ਕਹਿੰਦੇ ਨੇ ਵਹਾਬੀਆਂ ਲਈ ਤੌਹੀਦ ਬਿਆਨ ਕਰਦਾ ਹਮੈਂ ਕੁਰਾਨ ਬੁਖਾਰੀ ਮੁਸਲਮ ਬਿਆਨ ਕਰ ਰਹਾ ਮੇਰਾ ਵਹਾਬੀਆਂ ਨਾਲ ਕੇ ਲੈਣਾ ਦੇਣਾ ਵਹਾਬੀ ਤੇ ਜ਼ੈਦ ਨੂੰ ਉਤੇ ਕਰਦੇ ਨੇ ਹਸੈਨ ਨੂੰ ਨੀਵਾ ਕਰਦੇ ਨੇ ਅਲੀ ਨੂੰ ਨੀਵਾ ਕਰਦੇ ਨੇ ਤੇ ਬਨੂ ਮਈਨ ਨੂੰ ਉਤੇ ਕਰਦੇ ਨੇ ਮੈਂ ਤੇ ਬਿਲਕੁਲ ਉਲਟਾ ਮਨੂੰ ਉਹਨਾਂ ਨਾਲ ਤੁਸੀਂ ਜੋੜ ਦਿਓ ਸ਼ਰਮ ਨਹੀਂ ਆਂਦੀ ਤੁਹਾਨੂੰ ਲੋਗਾਂ ਨੂੰ ਤੇ ਇਹ ਤਾਂ ਇਸ ਤਰ੍ਹਾਂ ਇਹ ਰਹਾ ਫੇਰੀ ਜਦੋਂ ਤੁਹਾਡੇ ਕੋਲ ਇਲਮੀ ਇਜ਼ਰਾਇਲ ਮੁੱਕ ਜਾਣ ਫਿਰ ਤੁਸੀਂ ਆਖਰੀ ਹਰਬੇ ਇਹ ਵੀ ਹਰਬੇ ਨਾਲ ਖਤਮ ਹੋ ਚੁੱਕੇ ਤੇ ਐਫ ਆਈ ਆਰ ਨਾ ਕਟਾ ਬੈਠੇ ਵੇਖ ਲੈ ਇਹਨਾਂ ਨੇ ਕੁਝ ਨਹੀਂ ਨਿਕਲਿਆ ਮਰਡਰ ਅਟੈਂਪਟ ਵੀ ਕਰਾ ਬੈਠੇ ਠੀਕ ਹੈ ਨਾ ਜੀ ਇੰਜ ਕਰਨ ਨਾਲ ਕਾ ਮੇਰੀ ਵੀਡੀਓਜ਼ ਮੁੱਕ ਜਾਣਗੀਆਂ ਤੁਹਾਡੇ ਬਾਬੇ ਕਿਤੇ ਮਰ ਗਏ ਨੇ ਅੱਜ ਮੱਤੀ ਬਲੀਦ ਹੋ ਰਹੀ ਹੈ ਨਾ ਮੇਰੇ ਹੱਥੋਂ ਉਹਨਾਂ ਦੀ ਤੇ ਬਾਬਿਆਂ ਨੂੰ ਕੋ ਉਹਨਾਂ ਨਿਗਾਹ ਮਾਰ ਕੇ ਤੇ ਮੇਰੀ ਵੀਡੀਓਜ਼ YouTube ਤੋਂ ਡਿਲੀਟ ਕਰਾਉਣ ਤੇ ਮੇਰੀ ਤੇ ਬਾਝ ਕਰਨ ਨਾ ਪਹਿਲੇ ਉਹ ਗੁਸਤਾਖਾਨਾ ਵੀਡੀਓਜ਼ जड़िया ने यूट्यूब उबील इस्लाम के खिलाफ कराते हैं और मर जाए सारी पूरी आलम इस्लाम इस वक्त या तो मर जाए या तो मर जाए सारा आलम इस्लाम या फिर हजूर की इज्जत पर पैरा दे बस दो बातों में से एक बात है بس یا سارا کٹا ہو کے مر جائے تو یا پھر فرانس کو جواب دے لیکن میں کہ اسیں بابا جی تو اڑے بابے پہلے کیوں نہیں مر دے تسی جادو بابیاں دی ڈیوٹیاں نے غوث کتب ابدال دی تیرے بابے نے پہلے مرن انہوں نے بڑے نبی دا کلمہ پڑھایا صحابہ کرام تے بدلو او دی چپڑی جاناں دے دون رسول اللہ دے دفاع وچ تواڈے بابے جڑے نے یوٹیوب تو ویڈیوز نہیں ڈیلیٹ کر سارے مرجن نا موت اس تو بہتر ہے کہ اگر او اے یوٹیوب تو ویڈیو نہیں ڈیلیٹ کر میں اگر اختیار رکھدا ہوا نا کہ نگاہ مار کے میں کر سکتا میں کر دیا ਫਿਰ ਕਹਿੰਦਾ ਜੀ ਉਹ ਫਿਰ ਅੱਲਾ ਕਿਉਂ ਨਹੀਂ ਕਰਦਾ ਰੁਕ ਜਾ ਤੂੰ ਔਰ ਬਾਸੇ ਟੋਰ 'ਤੇ ਹੈ ਹੋਂ ਤੱਕ ਤੇ ਤੂੰ ਉਧਰ ਸੈਂ ਅੱਲਾ ਨੇ ਤਾਂ ਉਮਮਤ ਦੇ ਹਵਾਲੇ ਕੰਮ ਕੀਤਾ ਨਾ ਹੁਣ ਹੀ ਕਹਿਣਾ ਨਾ ਉਮਮਤ ਮਰ ਜਾਏ ਅੱਲਾ ਨੇ ਤਾਂ ਯਜ਼ੀਦ ਨੂੰ ਹਕੂਮਤ ਦਿੱਤੀ ਹੈ ਜਿਵੇਂ ਨਮਰੂਦ ਨੂੰ ਦਿੱਤੀ ਸੀ ਔਰ ਹੁਸੈਨ ਸ਼ਹੀਦ ਹੋਏ ਨੇ ਠੀਕ ਹੈ ਇਹ ਦੁਨੀਆ ਨੂੰ ਤੇ ਅੱਲਾ ਨੇ ਸਵਾਬ ਨਾਲ ਜੋੜਿਆ ਅੱਲਾ ਤੇ ਵੇਖ ਰਿਹਾ ਕਿ ਤੁਸੀਂ ਹੁਸੈਨ ਨਾਲ ਖਲੋਤੇ ਹੋ ਜਾਂ ਯਜ਼ੀਦ ਨਾਲ ਖਲੋਤੇ ਹੋ ਠੀਕ ਹੈ ਅੱਲਾ ਨੇ ਤੇ ਵੇਖਣਾ ਤੇ ਤੁਹਾਡੇ ਬਾਪੇ ਕਿਥੇ ਮਰ ਗਏ ਨੇ ਹੁਣ ਕੱਢੋ ਨਾ ਹੁਣ ਬਾਹਰ ਆਵਣ ਏ ਯੂਟਿਊਬ ਤੋਂ ਵੀਡੀਓਜ਼ ਡੀਲੀਟ ਕਰਾਉਣਾ ਐਡੇ ਜਨਾਬ ਬਣਦੇ ਨੇ ਐ ਕਰ ਦਿੱਤਾ ਤੇ ਉਹ ਕਰਤਾ ਕਰੋ ਨਾ ਇਹਦੇ ਜਨਾਬ ਨਗਾ ਵੇਖ ਕੇ ਤੇ ਲੋਟੇ ਦੀ ਟੂਟੀ ਸੀਧੀ ਕਰਨ ਤੋਂ ਪਹਿਲੇ ਮਰੀਸ ਆੜਦੇ ਹੁੰਦੇ ਸਰ ਹੁਣ ਕਿਥੇ ਨੇ ਇਹ ਦਾਵੇ ਨੇ ਇਹਨਾਂ ਦੇ ਕਿ ਇੰਜ ਕਰ ਦਿੰਦੇ ਸਾਂ ਤੇ ਕਰੋ ਫਿਰ ਸਭ ਤੋਂ ਵੱਡੀ ਮੈਂ ਕਹਣਾ ਜੀ ਲਾਨਤ ਐਸੀ ਤੁਹਾਡੇ ਉੱਤੇ ਪਈ ਤੁਹਾਡੇ ਬਜ਼ੁਰਗਾ ਹੁੰਤੇ ਜਿਨ੍ਹਾਂ ਨੂੰ ਤੁਸੀਂ ਵਾਹੀ ਕਹਿੰਦੇ ਹੋ ਪਿਛਲੇ 100 ਸਾਲ ਤੋਂ ਕਾਬੇ ਦੀ ਔਰ ਮਸਜਿਦ ਨਵਵੀ ਦੀ ਇਮਾਮਤ ਉਖਲੋਤੇ ਨੇ ਤੁਹਾਨੂੰ ਤੇ ਮਰ ਜਾਣਾ ਚਾਹੀਦਾ ਤੁਸੀਂ ਜਿਸ ਕਾਬੇ ਵਰ ਮੂੰਹ ਕਰਕੇ ਨਮਾਜ਼ ਪੜਦੇ ਹੋ ਨਾ ਕਹਿੰਦੇ ਹੋ ਮੂੰਹ ਵੱਲ ਕਾਬਾ ਸ਼ਰੀਫ ਉਸ ਕਾਬੇ ਦਾ ਇਮਾਮ ਜਿਹੜਾ ਜੇ ਉਹ ਆਭੀ ਜੇ ਮਰ ਜਾਓ ਇਸ ਤੋਂ ਪਹਿਲੇ ਕਿ ਉਹਨੂੰ ਠਾ ਨਹੀਂ ਸਕਰੇ ਨਿਗਾਹ ਮਾਰ ਕੇ ਤੁਹਾਡੀ ਨਜ਼ਰ ਹੀ ਸਾਡੇ ਰਜ਼ੀ ਉਹ ਵੀ ਮੁਸਲਮਾਨ ਤੁਸੀਂ ਵੀ ਮੁਸਲਮਾਨ